ਗੁਰੂ ਵਚਨਾਂ ਨਿਰੰਕਾਰੀਆਂ ਸੀਗਾ ਤੇ ਉਹਦੇ ਵਿਰੁੱਧ ਰੋਸ ਪੈਦਾ ਹੋਇਆ ਜਾਂ ਉਹਦੇ ਵੱਲੋਂ ਜਿਹੜੀਆਂ ਉਹਦੀਆਂ ਕਰਤੂਤਾ ਸੀ ਜਾਂ ਉਹਦੀਆਂ ਕਾਰਵਾਈਆਂ ਸੀ ਉਹਨਾਂ ਕਰਕੇ ਰੋਸ ਪੈਦਾ ਹੋਇਆ ਜਿਹੜਾ ਗੰਦਮੰਦ ਦਾ ਬਣਿਆ ਹੋਇਆ ਬੰਦਾ ਤੂੰ ਕਹਿੰਦਾ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਤੋਂ ਉੱਚਾ ਆ 1978 ਤੋਂ ਬਾਅਦ ਜਿਹੜਾ ਇਹ ਨਿਰੰਕਾਰੀਆਂ ਦੇ ਵਿਰੁੱਧ ਸਿੱਖਾਂ ਦੇ ਮਨਾਂ ਦੇ ਵਿੱਚ ਬਹੁਤ ਵੱਡਾ ਰੋਸ ਸੀਗਾ ਤੇ ਉਦੋਂ ਬਾਅਦ ਜੋ ਕੁਛ ਹੋਇਆ ਤੇਰਾ ਸਿੰਘ ਸ਼ਹੀਦ ਹੋਇਆ ਉਦੋਂ ਬਾਅਦ ਨਿਰੰਕਾਰੀ ਜਿਹੜਾ ਗੁਰੂ ਵਚਨਾਂ ਸੀ ਉਹ ਉਹਦਾ ਕਤਲ ਹੋਇਆ ਤੇ ਉਸ ਤੋਂ ਬਾਅਦ ਪੰਜਾਬ ਦੇ ਅੰਦਰ ਹੋਰ ਵੀ ਇਨਸੀਡੈਂਟ ਇਸ ਤਰ੍ਹਾਂ ਦੇ ਇਹ ਨਿਰੰਕਾਰੀਆਂ ਤੋਂ ਸ੍ਰੀ ਅਮਰਸਰ ਜੀ ਧਰਤੀ ਦੇ ਉੱਤੇ ਵੱਡਾ ਬੰਬ ਬਲਾਸਟ ਹੋਇਆ ਪੰਜਾਬ ਦੇ ਵਿੱਚ ਮੁੱਢ ਤੋਂ ਲਾਂਬੂ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬ ਦੀ ਅਮਨ ਸ਼ਾਂਤੀ ਨੂੰ ਵਿਰਸਾ ਸਿੰਘ ਉਲਟਵਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਸਾਡੇ ਮੌਜੂਦ ਨੇ ਉਲਟਵਾ ਸਾਹਿਬ ਕੀ ਕਹਿ ਸਕਦੇ ਹੋ ਕਿ ਇਸ ਪਿੱਛੇ ਕਿਹੜੀ ਤਾਕਤ ਹੈ ਦੇਖੋ ਜਿਹੜੀਆਂ ਵੀ ਕਿ ਤਾਕਤਾਂ ਨੇ ਨਾਂ ਤਾਂ ਪੰਜਾਬ ਹਤੈਸ਼ੀ ਨੇ ਤੇ ਨਾਂ ਮਨੁਖਤਾ ਹਤੈਸ਼ੀ ਨੇ ਪਰ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਦੇ ਅੰਦਰ ਜਿਹੜਾ ਇਹ ਹਮਲਾ ਹੋਇਆ ਹੈ ਇਹ ਨੇ ਹਰੇਕ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ ਕਿ ਕਿਤੇ ਭੌਂ ਕੇ ਉਹ ਦਿਨੋਂ ਤਨੀ ਆ ਗਏ ਔਰ ਜਿਸ ਰੂਪ ਚ ਹੋਇਆ ਆ ਹੈਂਡ ਗ੍ਰੇਨੇਡ ਸੁੱਟਿਆ ਗਿਆ ਆ ਉੱਥੇ ਪਿਸਟਲ ਦਾ ਵਿਖਾਵਾ ਹੋਇਆ ਆ ਔਰ ਸਭ ਤੋਂ ਵੱਡੀ ਗੱਲ ਹੈ ਅਸੀਂ ਪਿਛਲੇ ਸਮੇਂ ਤੋਂ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਕਹਿੰਦਾ ਆ ਰਿਹਾ ਹੈ ਕਿ ਪੰਜਾਬ ਸਰਕਾਰ ਸਰਕਾਰ ਚਲਾਉਣ ਚ ਨਾਕਾਮ ਹੋਈ ਹੈ ਲੋਕਾਂ ਨਾਲ ਕੀਤੇ ਹੋਏ ਵਾਅਦਿਆਂ ਪੂਰੇ ਕਰਨ ਚ ਨਾਕਾਮ ਹੋਈ ਹੈ ਤੇ ਲੋਕਾਂ ਦਾ ਧਿਆਨ ਡਿਵਰਟ ਕਰਨ ਦੀ ਖਾਤਰ ਜਿਹੜੇ ਆ ਇਹ ਸ਼ਾਸ਼ਾ ਰਚ ਰਹੀ ਹੈ ਔਰ ਸ਼ਾਸ਼ਾ ਰਚ ਕੇ ਇਹ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਕਈ ਤਰ੍ਹਾਂ ਦੇ ਮਨਸੂਬੇ ਕਈ ਤਰ੍ਹਾਂ ਦੇ ਹਥਕੰਡੇ ਅਪਣਾ ਰਹੀ ਹੈ ਤੇ ਕਿਤੇ ਇਹ ਨਾ ਹੋਵੇ ਕਿ ਇਹ ਹਥਕੰਡੇ ਅਪਣਾਉਂਦੇ ਆਂ ਅਪਣਾਉਂਦੇ ਆਂ ਸ਼ਾਦਸ਼ਾਹ ਰਚਦੇ ਆਂ ਰਚਦੇ ਆਂ ਸ਼ਰਮਣੀ ਕਾਲੇਦਨ ਨੂੰ ਕਮਜ਼ੋਰ ਕਰਦੇ ਆਂ ਕਰਦੇ ਆਂ ਬਾਦਲਾਂ ਨੂੰ ਪਾਸੇ ਢੋਂਦੇ ਆਂ ਢੋਂਦੇ ਆਂ ਕਿਤੇ ਪੰਜਾਬ 'ਚ ਅਮਨ ਤੇ ਸ਼ਾਂਤੀ ਭੰਗ ਨਾ ਹੋ ਜੇ ਉਦੋਂ ਗੱਲਾਂ ਕਰਦੇ ਸੀ ਤੇ ਹੁਣ ਜੋ ਕੁਝ ਹੋਇਆ ਆ ਹਾਂਜੀ ਉਹ ਤਾਂ ਇਹਨਾਂ ਕੋਲ ਜਵਾਬ ਵੀ ਕੋਈ ਨਹੀਂ ਹੈਗਾ ਔਰ ਇਸ ਕਰਕੇ ਜਵਾਬ ਹੈ ਨਹੀਂ ਕਿ ਜਿਹੜੀਆਂ ਸੈਂਟਰਲ ਏਜੰਸੀਜ਼ ਨੇ ਉਹਨਾਂ ਨੇ ਇਨਪੁਟ ਵੀ ਦਿੱਤੇ ਉਹਨੇ ਬਕਾਇਦਾ ਸੂਚਿਤ ਕੀਤਾ ਪੰਜਾਬ ਸਰਕਾਰ ਨੂੰ ਕਿ ਪੰਜਾਬ ਦੇ ਅੰਦਰ ਜਿਹੜੀਆਂ ਘਟਨਾਵਾਂ ਵਾਪਰ ਸਕਦੀਆਂ ਨੇ ਔਰ ਆਰਮੀ ਚੀਫ ਨੇ ਕਿਹਾ ਕਿ ਸਾਡੇ ਕੋਲੇ ਜਿਹੜੇ ਜਿਸ ਤਰ੍ਹਾਂ ਦੇ ਸਾਡੇ ਕੋਲੇ ਇਨਫੋਰਮੇਸ਼ਨ ਹੈ ਕਿ ਪੰਜਾਬ ਦੇ ਅੰਦਰ ਕਿਸੇ ਨਾ ਕਿਸੇ ਰੂਪ ਚ ਕੋਈ ਨਾ ਕੋਈ ਘਟਨਾ ਵਾਪਰ ਸਕਦੀ ਹੈ ਜਾਂ ਪੰਜਾਬ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ ਤੇ ਸਰਕਾਰ ਸੁਤੀ ਪਈ ਸਰਕਾਰ ਕਿਤੇ ਐਸਆਈਟੀ ਬਣਾ ਰਹੀ ਹੈ ਕਿਤੇ ਐਸਆਈਟੀ ਨੂੰ ਸਵਾਰ ਬਣਾ ਬਣਾ ਕੇ ਦੇ ਰਹੀ ਹੈ ਕਿ ਬਾਦਲਾਂ ਨੂੰ ਕਿਵੇਂ ਘਰਨਾ ਪ੍ਰਕਾਸ਼ ਸਿੰਘ ਬਾਦਲ ਨੂੰ ਕਿੱਥੇ ਸੱਦਣਾ ਸੁਖਵੀਰ ਸਿੰਘ ਬਾਦਲ ਨੂੰ ਕਿੱਥੇ ਸੱਦਣਾ ਬਿਆਨ ਕੀ ਦੇਣਾ ਕਦੀ ਕਦੀ ਤੁਸੀਂ ਪੰਜਾਬ ਦੀ ਪਲੈਨਿੰਗ ਬਾਰੇ ਬਿਆਨ ਸੁਣਿਆ ਕਦੀ ਪੰਜਾਬ ਦੇ ਭਵਿੱਖ ਬਾਰੇ ਸਵਾਲ ਸੁਣਿਆ ਗੱਲ ਸੁਣੀ ਕਦੀ ਪੰਜਾਬ ਦੇ ਬਾਰੇ ਕੀ ਕਰਨਾ ਹੈ ਕੋਈ ਕਿਸੇ ਤਰ੍ਹਾਂ ਦੀ ਕੋਈ ਯੋਜਨਾ ਦੀ ਗੱਲ ਸੁਣੀ ਇਹੀ ਗੱਲ ਕਿ ਪ੍ਰਕਾਸ਼ ਸਿੰਘ ਬਾਦਲ ਸੁਖਵੀਰ ਸਿੰਘ ਬਾਦਲ ਸ਼ਰੋਮਣੀ ਅਕਾਲੀ ਦਲ ਇਸ ਤੋਂ ਇਲਾਵਾ ਕੇਵਲ ਸ਼ਰੋਮਣੀ ਅਕਾਲੀ ਦਲ ਨੂੰ ਅੱਗੇ ਵੀ ਇਹਨਾਂ ਨੇ ਚਾਅਛਰ ਕੀਤੀ ਸੀ 2002 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਇਹਦੇ ਸਾਥੀਆਂ ਨੇ ਉਦੋਂ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਸੀ ਸਮਝੇ ਅਕਾਲੀ ਲੀਡਰਸ਼ਿਪ ਫੜ ਕੇ ਜੇਲਾ ਸੁਟੇ ਸੀ ਬਾਦਲ ਪਰਿਵਾਰ ਅੰਦਰ ਸੁਟਿਆ ਸੀਗਾ ਤੇ ਪਤਾ ਨਹੀਂ ਸਭ ਕੀ ਨਹੀਂ ਸਿੱਖਿਆ ਤੇ 2007 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬੜੀ ਵੱਡੀ ਸ਼ਕਤੀ ਦੇ ਰੂਪ ਚ ਉੱਭਰਿਆ ਸੀ ਔਰ ਪੰਜਾਬ ਚ ਸਰਕਾਰ ਬਣਾਈ ਸੀ ਤੇ 2007 ਹੀ ਨੇ 2012 ਚ ਵੀ ਰਿਪੀਟ ਕੀਤਾ ਸੀਗਾ ਪਰ ਕੈਪਟਨ ਅਮਰਿੰਦਰ ਸਿੰਘ ਸਮੁੱਚੀ ਕਾਂਗਰਸ ਇਹ ਜਿਹੜੀ ਇਹ ਜਿਹੜੇ ਲੋਕ ਨੇ ਇਹ ਸਭ ਕੁ ਸਿੱਖਣ ਵਾਲੇ ਨਹੀਂਗੇ ਔਰ ਜੋ ਕੁਛ ਵਾਪਰਿਆ ਪੰਜਾਬ ਚ ਬੀਤੇ ਕੱਲ ਇਹ ਆਤਮ ਮੰਦ ਭਾਗਾ ਆ ਚਿੰਤਾ ਜਾਣ ਕੇ ਆ ਔਰ ਸਤਕੁਰ ਸੱਚੇ ਪਾਤਸ਼ਾਹ ਜਿਹੜਾ ਹੈ ਪੰਜਾਬ ਨੂੰ ਆਪ ਹੱਥ ਦੇ ਕੇ ਰੱਖਣ ਇਹ ਸਾਡੀ ਅਰਦਾਸ ਆ ਬੇਨਤੀ ਇੱਕ ਜਿਹੜਾ ਬੰਬ ਬਲਾਸਟ ਹੋਇਆ ਉਸ ਤੋਂ ਬਾਅਦ ਕੁਝ মিডিਆ ਜਾਂ ਕੁਝ ਲੋਕ ਜਿਹੜੇ ਆ ਉਹ ਇਹਨੂੰ 1978 ਦੇ ਕਾਰਨ ਨਾਲ ਜੋੜ ਰਹੇ ਆ ਵੀ ਸ਼ਾਇਦ ਉਹੀ ਤੇ ਰਾਜਾ ਤੁਸੀਂ ਇਸ ਨੂੰ ਉਸ ਨਾਲ ਜੋੜਦੇ ਹੋ ਕਿ ਸਮਝਦੇ ਹੋ ਦੇਖੋ ਇਹ ਚ ਕੋਈ ਦਰਾਵਾਂ ਨਹੀਂ ਗਿਆ ਕਿ ਸਿੱਖਾਂ ਦਾ ਤੇ ਨਿਰੰਕਾਰੀਆਂ ਦੇ ਆਪਸ ਵਿੱਚ ਵਖਰੇਵੇਂ ਹੈਗੇ ਉਹਨਾਂ ਵਖਰੇਵਿਆਂ ਕਰਕੇ ਸ੍ਰੀ ਅਕਾਲ ਤਖਤ ਸਭ ਨੇ 1978 ਦੇ ਵਿੱਚ ਸਿੱਖ ਪੰਥ ਨੂੰ ਉਹਨਾਂ ਦਾ ਬਾਈਕਾਟ ਕਰਨ ਉਤੇ ਹੁਕਮ ਨਾਮ ਜਾਰੀ ਕੀਤਾ ਸੀ ਜਿਹੜਾ ਅੱਜ ਵੀ ਲਾਗੂ ਹੈ ਉਹ ਆਪਣੀ ਥਾਂ ਤੇ ਪਰ ਪਿਛਲੇ ਸਮੇਂ ਲੰਬੇ ਸਮੇਂ ਤੋਂ ਕਦੇ ਵੀ ਸਿੱਖਾਂ ਨੂੰ ਨਰੰਕਾਰੀਆਂ ਤੋਂ ਤੇ ਨਰੰਕਾਰੀਆਂ ਨੂੰ ਸਿੱਖਾਂ ਤੋਂ ਕਦੀ ਕੋਈ ਮੋਟੀ ਸ਼ਿਕਾਇਤ ਨਹੀਂ ਆਈ ਉਹ ਕੀ ਕਰਦੇ ਨੇ ਕਦੀ ਕਿਸੇ ਨੇ ਧਿਆਨ ਨਹੀਂ ਦਿੱਤਾ ਉਹ ਆਪਦੇ ਆਪਦੇ ਪਹਾੜਾਂ ਵਿੱਚ ਕੀ ਕਰਦੇ ਨੇ ਜਾਂ ਉੱਥੇ ਦਿੱਲੀ ਕੀ ਕਰਦੇ ਨੇ ਇਹ 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 ਵੱਖਰਾ ਵਿਸ਼ਾ ਹੈ ਪਰ ਜਿਸ ਰੂਪ ਚ ਇਹ ਹਮਲਾ ਹੋਇਆ ਆ ਉਹਨਾਂ ਦੇ ਸਮਾਗਮ ਦੇ ਵਿੱਚ ਹੋਇਆ ਆ ਤੇ ਇਸੇ ਤਰ੍ਹਾਂ ਦੇ ਜਿਹੜੇ ਆ ਕਿਉਂਕਿ ਉਸ ਸਮੇਂ ਜਿਹੜੀ ਹੈ 1978 ਤੋਂ ਬਾਅਦ ਜਿਹੜਾ ਹੈ ਨਰੰਕਾਰੀਆਂ ਦੇ ਵਿਰੁੱਧ ਸਿੱਖਾਂ ਦੇ ਮੰણા ਦੇ ਵਿੱਚ ਬਹੁਤ ਵੱਡਾ ਰੋਸ ਸੀਗਾ ਗੁੱਸਾ ਸੀਗਾ ਇੱਕ ਜਿਹੜਾ ਗੰਦਮੰਦ ਦਾ ਬਣਿਆ ਹੋਇਆ ਬੰਦਾ ਤੋਂ ਕਹਿੰਦਾ ਮੈਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤੋਂ ਉੱਚਾ ਆ ਗੁਰੂ ਵਚਨਾਂ ਨਾਲ ਰੰਕਾਰੀ ਸੀਗਾ ਤੇ ਉਹਦੇ ਵਿਰੁੱਧ ਰੋਸ ਪੈਦਾ ਹੋਇਆ ਜਾਂ ਉਹਦੇ ਵੱਲੋਂ ਜਿਹੜੀਆਂ ਉਹਦੀਆਂ ਕਰਤੂਤਾਂ ਸੀ ਜਾਂ ਉਹਦੀਆਂ ਕਾਰਵਾਈਆਂ ਸੀ ਉਹਨਾਂ ਕਰਕੇ ਰੋਸ ਪੈਦਾ ਹੋਇਆ ਤੇ ਉਹ ਤੋਂ ਬਾਅਦ ਜੁਕਸ਼ ਹੋਇਆ ਤੇਰਾ ਸਿੰਘ ਸ਼ਹੀਦ ਹੋਇਆ ਉਹ ਤੋਂ ਬਾਅਦ ਉਹ ਰੰਕਾਰੀ ਜਿਹੜਾ ਗੁਰੂ ਵਚਨਾਂ ਸੀ ਉਹ ਉਹਦਾ ਕਤਲ ਹੋਇਆ ਤੇ ਉਸ ਤੋਂ ਬਾਅਦ ਪੰਜਾਬ ਦੇ ਅੰਦਰ ਹੋਰ ਵੀ ਇਨਸੀਡੈਂਟ ਇਸ ਤਰ੍ਹਾਂ ਦੇ ਇਹ ਨਰੰਕਾਰੀਆਂ ਤੋਂ ਹੀ ਸ਼ੁਰੂ ਹੋਏ ਸੀ ਪੰਜਾਬ ਦੇ ਅੰਦਰ 1978 ਤੋਂ 1980 ਦੇ ਵਿੱਚ 1980 ਤੋਂ ਬਾਅਦ ਜੋ ਘਟਨਾਵਾਂ ਵਾਪਰੀਆਂ ਸੀ ਇਸ ਕਰਕੇ ਜਿਹੜਾ ਹੈ ਚਿੰਤਾ ਵਾਲੀ ਗੱਲ ਬਣੀ ਹੈ ਕਿ ਭਾਵੇਂ ਕਿ ਜਿਹੜਾ ਹੈ ਇਹ ਮੋੜ ਉੱਥੋਂ ਹੀ ਵੱਜਦਾ ਨਜ਼ਰ ਆ ਰਿਹਾ ਹੈ ਰਵਨੀਤ ਸਿੰਘ ਬਿੱਟਾ ਜਾਂ ਕੁਝ ਹੋਰ ਆਗੂ ਉਹ ਕਹਿ ਰਹੇ ਨੇ ਕਿ ਇਹ ਜਿਹੜੀ ਕਾਰਵਾਈ ਹੈ ਖਾਲਸਤਾਨੀਆਂ ਨੇ ਤੇ ਜਿਹੜੇ ਖੜਕੂਰ ਸੋਚ ਵਾਲੇ ਨੌਜਵਾਨ ਉਹਨਾਂ ਨੇ ਕੀਤੀ ਹੈ ਦੇਖੋ ਮੈਂ ਇਹਦੇ ਬਾਰੇ ਕੁਝ ਨਹੀਂ ਕਹਿੰਦਾ ਇਹ ਤਾਂ ਇਨਵੈਸਟੀਗੇਸ਼ਨ ਦਾ ਮਾਮਲਾ ਹੈ ਕਿਨੇ ਕੀਤੀ ਆ ਕਿਨੇ ਨਹੀਂ ਕੀਤੀ ਇਹ ਤੇ ਬਿੱਟੂ ਜੀ ਦੱਸ ਸਕਦੇ ਆ ਬਿੱਟੂ ਜੀ ਤੇ ਕਹਿੰਦੇ ਦਾਦੂਵਾਲ ਜੀ ਨੂੰ ਕਹਿੰਦੇ ਅਗੇ ਇਹ ਦੇ ਵਾਸਤੇ ਦਾਦੂਵਾਲ ਜਾਂ ਉਹਦੇ ਸਾਥੀ ਜਾਂ ਜਿਹੜੇ ਹੋ ਰਹੇ ਇਹ ਜਿਹੜੇ ਹੈਗੇ ਨੇ ਗਰਮਖਿਆਲੀ ਉਹ ਜ਼ਿੰਮੇਵਾਰ ਨੇ ਤੇ ਦੂਜੇ ਪਨੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਸੁਖੀ ਰੰਧਾਵਾ ਕੈਪਟਨ ਅਮਰਿੰਦਰ ਸਿੰਘ ਤੇ ਸਮੁੱਚੇ ਕਹਿੰਦੇ ਕਿ ਸਾਡਾ ਦਾਦੂਵਾਲ ਯਾਰ ਆ ਸਾਡੇ ਸਾਡੇ ਨਾਲ ਡਿਨਰ ਇਕੱਠਾ ਕਰਦਾ ਆ ਸਾਡੀ ਕੋਠੀਆਂ ਚ ਆਉਂਦਾ ਆ ਰਾਤ ਰਿੰਦਾ ਆ ਹਾਂਜੀ ਹੁਣ ਸਾਨੂੰ ਨਹੀਂ ਸਮਝ ਆ ਰਿਹਾ ਕਿ ਕਾਂਗਰਸ ਇਹ ਬਿਆਨ ਸਿੰਘ ਦਾ ਪਰਿਵਾਰ ਜਿਹੜਾ ਆ ਹਾਂਜੀ ਉਹ ਉਹ ਕੀ ਕਹਿ ਰਿਹਾ ਆ ਤੇ ਤ੍ਰਿਪਤਰਜਿੰਦਰ ਸਿੰਘ ਬਾਜਵਾ ਜਾਂ ਸੁਖੀਂਦਾਵੇ ਵਰਗੇ ਇਹ ਦਾਦੂਵਾਲ ਦੇ ਜਾ ਰਹੇ ਉਹ ਕੀ ਕਹਿ ਰਹੇ ਨੇ ਇਹ ਇਹ ਜਿਹੜੀ ਆ ਮੋਟੀ ਜੀ ਗੱਲ ਜਿਹੜੀ ਆ ਜੀ ਜੋ ਕੁਝ ਵਾਪਰਿਆ ਹੈ ਆਤਮ ਮੰਦ ਭਗਾ ਵਾਪਰਿਆ ਹੈ ਇਹਦੇ ਉੱਤੇ ਸਿਆਸਤ ਕਰਨ ਦੀ بجائے ਪੰਜਾਬ ਦੀ ਸਰਕਾਰ ਨੂੰ ਲੈਂਡ ਆਰਡਰ ਵਾਲੇ ਪਾਸੇ ਜਿਹੜਾ ਧਿਆਨ ਦੇਣਾ ਚਾਹੀਦਾ ਆ ਔਰ ਜਿਹੜੀ ਲੋਕਾਂ ਦੇ ਵਿੱਚ ਇੱਕ ਚਿੰਤਾ ਪੈਦਾ ਹੋਈ ਹੈ دہشت ਪੈਦਾ ਹੋਈ ਹੈ ਇੱਕ ਡਰ ਪੈਦਾ ਹੋਇਆ ਉਹਨੂੰ ਜਿਹੜਾ ਆ ਦੂਰ ਕਰਨਾ ਚਾਹੀਦਾ ਸੋ ਹਸਦੇ ਬਸਦੇ ਪੰਜਾਬ ਨੂੰ ਅੱਗ ਲਾਉਣ ਦੀ ਕਿਤਨੇ ਕਿਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਨਿਰੰਗ ਕਾਰੀ ਸਤਸੰਗ ਪਵੰਨ ਦੇ ਵਿੱਚ ਬੰਬ ਬਲਾਸਟ ਹੁੰਦਾ ਤਿੰਨ ਮੌਤਾਂ 10 ਤੋਂ ਵੱਧ ਲੋਕ ਜਿਹੜੇ ਜ਼ਖਮੀ ਹੁੰਦੇ ਨੇ ਕਿਤਨੇ ਕਿਤੇ ਪੰਜਾਬ ਸਰਕਾਰ ਦੀ ਵੱਡੀ ਅਣਗਹਿਲੀ ਹੈ ਕੈਮਰਾਮੈਨ ਨਵਕੀਰ ਨਾਲ ਜਸਵੀਰ ਸਿੰਘ ਦਾ ਖਾਲਸ ਟੀਵੀ ਚੰਡੀਗੜ੍ਹ